ਕਿਵੇਂ ਆ ਦੱਸਿਓ ਬਾਈ ਪਾਵਰ ਸਟੀਅਰਿੰਗ ਹੋ ਗਿਆ ਅੱਜ ਦਿਖਾਵਾਂਗੇ ਕਿਵੇਂ ਹਿੱਸਾ ਲਾ ਕੇ ਕਿਵੇਂ ਕਿਵੇਂ ਪਾਵਰ ਕਰਨੀ ਹੈ ਜੇ ਹਿੱਸਾ ਲਾ ਕੇ ਤੁਸੀਂ ਘਰੇ ਪਾਵਰ ਕਰਨਾ ਚਾਹੁੰਦੇ ਹੋ ਤਾਂ ਘਰੇ ਵੀ ਮੋੜਦੇ ਆ ਲਓ ਬਾਈ ਚੈੱਕ ਕਰੋ ਪਹਿਲਾਂ ਫੁੱਲ ਕਟਾਈ ਆ ਲਓ ਬਾਈ ਦੇਖੋ ਬਾਈ ਕਟਾਈ ਆ ਲਓ ਇੱਧਰ ਵੀ ਅਤੇ ਇੱਧਰ ਵੀ ਕਰੋ ਚੈੱਕ ਕਟਾਈ ਦੂਜੇ ਪਾਸੇ ਨੂੰ ਬਾਈ ਲਓ ਬਾਈ ਦੂਜੇ ਪਾਸੇ ਨੂੰ ਵੀ ਚੈੱਕ ਕਰੋ ਹਿੱਸਾ ਲਾ ਕੇ ਵੀਰੇ ਹੁਣ ਆਪਾਂ ਫੋਰਡ ਤਿਆਰ ਕਰਨਾ ਗਾ ਪਾਵਰ ਸਟੀਅਰਿੰਗ ਵਾਸਤੇ ਦੇਖਦੇ ਰਹੋ ਅਤੇ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਪਲੇਟ ਬੋਰ ਹੋ ਕੇ ਇੱਥੋਂ ਆ ਦੇ ਬੋਰ ਹੋ ਕੇ ਨੇ ਇੱਥੇ ਪੰਪ ਨੇ ਫਿੱਟ ਇੱਕ ਹੋਰ ਟਰੈਕਟਰ ਆਪਾਂ ਪਾਵਰ ਕਰਾਂਗੇ ਇਹਦੇ ਆਹ ਪਾਏ ਹੋਏ ਸੀਗੇ ਲਾਈ ਵੀਲ ਅਤੇ ਸਾਦਾ ਸਟੀਅਰਿੰਗ ਹੀ ਆ ਆਹ ਦੇਖ ਲਓ ਖੋਲ੍ਹੀ ਜਾਂਦੇ ਹਾਂ ਹੁਣ ਬਾਕੀ ਵੀਰੇ ਉਹ ਪੂਰੀ ਵੀਡੀਓ ਅਸੀਂ ਪਹਿਲਾਂ ਤਾਂ ਨਹੀਂ ਦਿਖਾਈ ਸੀਗੀ ਕਿ ਆ ਉਹ ਪਹਿਲਾਂ ਦਿਖਾਈ ਹੋਈ ਹੋਈ ਆ ਖੋਲ੍ਹ ਖਲਈਆ ਤਾਂ ਜੋ ਵੀ ਆ ਬਾਕੀ ਹੁਣ ਤੁਹਾਨੂੰ ਡਿਟੇਲ ਦੇ ਵਿੱਚ ਇਹਦੀ ਸਾਰੀ ਵੀਡੀਓ ਦਿਖਾਉਣ ਲਓ ਜੀ ਚੁੱਲ੍ਹਾ ਚੁੱਲ੍ਹਾ ਖੋਲ੍ਹਤਾ ਅਸੀਂ ਬਾਹਲੀ ਤੁਹਾਨੂੰ ਵੀਡੀਓ ਦਿਖਾਈ ਨਹੀਂ ਗੀ ਕਿਉਂਕਿ ਕਈ ਵਾਰੀ ਦਿਖਾਈ ਹੋਈ ਹੋਈ ਆ ਹੋਰ ਬਾਕੀ ਵੀਡੀਓ ਚੈਨਲ 'ਤੇ ਜਾ ਕੇ ਦੇਖ ਲਿਓ ਪਿੱਛੇ ਖੋਲ੍ਹਦੇ ਕਰਦੇ ਦੀਆਂ ਸਾਰੀਆਂ ਵੀਡੀਓ ਹੈਗੀਆਂ ਆਹ ਦੇਖ ਲਓ ਚੁੱਲ੍ਹਾ ਖੋਲ੍ਹਤਾ ਹੁਣ ਇਹਦਾ ਆਹ ਮੂਹਰਲਾ ਟਾਈਮਿੰਗ ਕਵਰ ਵਗੈਰਾ ਖੋਲ੍ਹਦੇ ਹਾਂ ਅਤੇ ਇਹਦੇ ਨਟ ਨੁਟ ਢਿੱਲੇ ਕਰਤੇ ਅਸੀਂ ਸ਼ੋਅ ਦੇ ਸਾਰੇ ਆਹ ਲਓ ਦੇਖ ਲਓ ਬਾਈ ਇੰਨਾ ਕੁਛ ਖੁੱਲ੍ਹਦਾ ਗਾ ਫਿਰ ਜਾ ਕੇ ਕਿਤੇ ਗੱਲ ਬਣਦੀ ਆ ਟਾਈਮ ਲੱਗ ਜਾਂਦਾ ਹੁੰਦਾ ਜ਼ਰੂਰ ਜਿਹੜੇ ਬੰਦੇ ਕਹਿੰਦੇ ਬਾਈ ਇੰਨਾ ਟਾਈਮ ਜਾਂ ਘਰ ਆ ਕੇ ਕਰ ਦਿਉ ਘਰ ਆ ਕੇ ਨਹੀਂ ਹੁੰਦਾ ਹੁੰਦਾ ਵੀਰੇ ਆਹ ਦੇਖੋ ਸਾਰਾ ਖੋਲ ਖਾਲ ਕੇ ਖਲਾਰਾ ਪੈ ਜਾਂਦਾ ਸਟੀਅਰਿੰਗ ਵਾਲਾ ਪੱਟਤਾ ਹੁਣ ਇਹਦੇ ਥਾਂ 'ਤੇ ਆਪਾਂ ਲਾਵਾਂਗੇ ਸਾਫ਼ ਸਫਾਈ ਚੱਲਦੀ ਆ ਸਾਫ਼ ਕਰਕੇ ਫਿਰ ਇਹਨੂੰ ਫਿੱਟ ਕਰਕੇ ਦਿਖਾਉਂਦੇ ਹਾਂ ਉਹ ਦੇਖ ਲਓ ਸਿੰਗਲ ਕਲੱਚ ਹੀ ਆ ਵੈਸੇ ਤਾਂ ਲਓ ਵੀਰੇ ਆਪਾਂ ਟਾਈਮਿੰਗ ਕਵਰ ਖੋਲ੍ਹਤਾ ਅਤੇ ਆਹ ਲਓ ਆਪਾਂ ਟਾਈਮਿੰਗ ਗਰਾਰੀਆਂ ਹੁਣ ਖੋਲ੍ਹੀ ਜਾਂਦੇ ਹਾਂ ਜਿਵੇਂ ਜਿਵੇਂ ਤੁਹਾਨੂੰ ਦਿਖਾਇਆ ਇਹ ਹੋਇਆ ਪਹਿਲਾਂ ਆਹ ਵੀਰੇ ਪੰਪ ਆ ਐਕਚੁਲੀ ਵੀਰੇ ਆਪਾਂ ਪੰਪ ਆਹ ਲਾਵਾਂਗੇ ਆਪਣਾ ਕੰਪਨੀ ਦਾ ਉਹਦਾ ਈ ਟੋਪ ਦੇ ਪੰਪ ਆ ਜਿਹੜੇ ਇਹ ਸਵਰਾਜ ਨੂੰ ਲੱਗ ਕੇ ਆਉਂਦਾ ਹੁੰਦਾ ਇਹ ਪੰਪ ਈ ਟੋਪ ਦੇ ਪੰਪ ਵੀਰੇ ਮਾਰਕੀਟ ਦੇ ਵਿੱਚ ਦੇਸੀ ਬਹੁਤ ਮਿਲਣ ਲੱਗ ਗਏ ਹੁਣ ਕਿਉਂਕਿ ਕੰਮ ਜ਼ਿਆਦਾ ਕਰਕੇ ਹਰੇਕ ਬੰਦਾ ਫੂਡ ਨੂੰ ਪਾਵਰ ਕਰਾਉਂਦਾ ਗਾ ਤਾਂ ਕਰਕੇ ਕਾਪੀ ਲੈਣ ਦਾ ਕੋਈ ਫਾਇਦਾ ਨਹੀਂ ਗਾ ਚੀਜ਼ ਲਾਉਣੀ ਆ ਤਾਂ ਓਰੀਜਨਲ ਲਾਓ ਅਤੇ ਆਹ ਚੱਲਦਾ ਬਾਈ ਆਹ ਥਾਂ 'ਤੇ ਪਲੇਟ ਬੋਰ ਹੋ ਕੇ ਇੱਥੋਂ ਆਹ ਦੇ ਬੋਰ ਹੋ ਕੇ ਇਹਨੇ ਇੱਥੇ ਪੰਪ ਨੇ ਫਿੱਟ ਆ ਜਾਣਾ ਗਾ ਬਾਕੀ ਆਹ ਖੋਲ੍ਹਦੇ ਹਾਂ ਗਰਾਰੀਆਂ ਖੋਲ੍ਹ ਕੇ ਤੁਹਾਨੂੰ ਦਿਖਾਉਂਦੇ ਹਾਂ ਟਾਈਮਿੰਗ ਪਲੇਟ ਪੱਟ ਕੇ ਬੋਰ ਕਰਾ ਕੇ ਲਿਆ ਕੇ ਫਿਰ ਫਿੱਟ ਕਰਦੇ ਦਿਖਾਉਂਦੇ ਹਾਂ ਆਹ ਹਿੱਸਾ ਲਾ ਕੇ ਵੀਰੇ ਹੁਣ ਆਪਾਂ ਫੋਰਡ ਤਿਆਰ ਕਰਨਾ ਗਾ ਪਾਵਰ ਸਟੀਅਰਿੰਗ ਵਾਸਤੇ ਦੇਖਦੇ ਰਹੋ ਅਤੇ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਅਤੇ ਦਿਖਾਓ ਫੁੱਲ ਡਿਟੇਲ ਦੇ ਵਿੱਚ ਦਿਖਾਵਾਂਗੇ ਕਿਵੇਂ ਹਿੱਸਾ ਲਾ ਕੇ ਕਿਵੇਂ ਕਿਵੇਂ ਪਾਵਰ ਕਰਨੀ ਹੈ ਜੇ ਹਿੱਸਾ ਲਾ ਕੇ ਤੁਸੀਂ ਘਰੇ ਪਾਵਰ ਕਰਨਾ ਚਾਹੁੰਦੇ ਹੋ ਤਾਂ ਘਰੇ ਵੀ ਹੋ ਸਕਦਾ ਆਹ ਦੇਖ ਲਓ ਆਹ ਸਾਰਾ ਸਮਾਨ ਆਹ ਚੁੱਲ੍ਹਾ ਉਹ ਹਿੱਸਾ ਹੱਬਾਂ ਸਪੈਂਡਲ ਵਗੈਰਾ ਸੀਲਾਂ ਵਗੈਰਾ ਸਾਰਾ ਕੁਛ ਤੁਹਾਨੂੰ ਦੱਸਾਂਗੇ ਦੇਖਦੇ ਰਹੋ ਅਤੇ ਨਾਲ ਬਣੇ ਰਹੋ ਸਾਰਾ ਟਰੈਕਟਰ ਤੁਹਾਨੂੰ ਦਿਖਾਉਂਦੇ ਹਾਂ ਵੀਰੇ ਇੱਧਰ ਕੰਮ ਚੱਲੀ ਜਾਂਦਾ ਗਾ ਸਾਰਾ ਖੋਲ੍ਹ ਖਲੀਆ ਕਰਤਾ ਅਸੀਂ ਤੁਹਾਨੂੰ ਪਹਿਲਾਂ ਤਾਂ ਨਹੀਂ ਦਿਖਾਇਆ ਕਿ ਦਿਖਾਈਆਂ ਹੀ ਹੋਈਆਂ ਪਹਿਲਾਂ ਵੀਡੀਓ ਦੇ ਵਿੱਚ ਕਾਫੀ ਵੀਡੀਓ ਬਣ ਗਈਆਂ ਖੋਲ੍ਹ ਖਲੀਏ ਦੀਆਂ ਜ਼ਿਆਦਾ ਟਾਈਮ ਵੇਸਟ ਹੁੰਦਾ ਨਾਲੇ ਬੰਦੇ ਬੋਰ ਹੁੰਦੇ ਆ ਆਹ ਲਓ ਹਿੱਸਾ ਖੋਲ੍ਹਤਾ ਦੂਜਾ ਹਿੱਸਾ ਲਾਵਾਂਗੇ ਜਿਹੜਾ ਤੁਹਾਨੂੰ ਦਿਖਾਇਆ ਗਾ ਅਤੇ ਆਹ ਲਓ ਆਹ ਟਾਈਮਿੰਗ ਖੋਲ੍ਹਤੀ ਚਲੋ ਵੀਰੇ ਬਣੇ ਰਹੋ ਨਾਲ ਚੈਨਲ ਦੇ ਟਾਈਮਿੰਗ ਪਲੇਟ ਬੋਰ ਕਰਤੀ ਜਿਵੇਂ ਤੁਹਾਨੂੰ ਦਿਖਾਉਂਦੇ ਹੁੰਦੇ ਹਾਂ ਆਹ ਦੇਖੋ ਟਾਈਮਿੰਗ ਪਲੇਟ ਬੋਰ ਹੋ ਗਈ ਇਹਦਾ ਥੋੜ੍ਹਾ ਜਿਹਾ ਕੰਮ ਵੱਧ ਗਿਆ ਸੀਗਾ ਕੇਮ ਵੀ ਨਵੀਂ ਸੀਗੀ ਪੈਣ ਵਾਲੀ ਆਹ ਨਵੀਂ ਕੇਮ ਲਿਆਉਂਦੀ ਆ ਇੱਥੇ ਕੇਮ ਪਊਗੀ ਕੇਮ ਥੋੜ੍ਹੀ ਜਿਹੀ ਖਰਾਬ ਸੀਗੀ ਦਾਗੀ ਸੀਗੀ ਉਹ ਪੁਰਾਣੀ ਕੇਮ ਕੱਢਤੀ ਆਪਾਂ ਅਤੇ ਆਹ ਦੇਖ ਲਓ ਬਾਈ ਜਿਵੇਂ ਤੁਹਾਨੂੰ ਦਿਖਾਉਂਦੇ ਹਾਂ ਟਾਈਮਿੰਗ ਪਲੇਟ ਬੋਰ ਹੋ ਗਈ ਆਹ ਦੇ ਕਈ ਬੰਦੇ ਆਪਾਂ ਨੂੰ ਫੋਨ ਕਰਦੇ ਹੁੰਦੇ ਕਿ ਟਾਈਮਿੰਗ ਪਲੇਟ ਦਾ ਪੰਪ ਨਹੀਂ ਬਾਈ ਸਹੀ ਆਉਂਦਾ ਹੁੰਦਾ ਉਹਨਾਂ ਵੀਰੇ ਬੋਰ ਦੇ ਵਿੱਚ ਇਹਦੇ ਤਾਂ 19-21 ਦਾ ਵੀ ਫਰਕ ਪੈਂਦਾ ਵੀਰੇ ਜੇ ਆਪਾਂ ਕਹਿ ਦਈਏ 9 ਦੇਖ ਲਓ ਕਿੰਨਾ ਕੁ ਮੋਟਾ ਹੁੰਦਾ ਜੇ 19 ਕੁ ਵੀ ਅਪ ਡਾਊਨ ਹੋ ਗਿਆ 19 ਕੁ ਨੇ ਵੀ ਫਰਕ ਪਾ ਦੇਣਾ ਬਿਲਕੁਲ ਵੀਰੇ ਸਹੀ ਸਹੀ ਬੋਰ ਕਰਨਾ ਹੁੰਦਾ ਆਹ ਦੇਖ ਲਓ ਇੱਦਾਂ ਬੋਰ ਹੋਇਆ ਵਾ ਅਤੇ ਬਿਲਕੁਲ ਇਹਨੂੰ ਸਹੀ ਪੰਪ ਲੱਗਦਾ ਗਾ ਬਾਕੀ ਤੁਹਾਨੂੰ ਗਰਾਰੀਆਂ ਪਾ ਕੇ ਪੰਪ ਲਾ ਕੇ ਵੀ ਦਿਖਾਉਂਦੇ ਹਾਂ ਆਹ ਦੇਖ ਲਓ ਬਾਈ ਕਿਵੇਂ ਲੱਗਿਆ ਅੱਕੀ ਚੱਲੀ ਜਾਂਦਾ ਕੰਮ ਆਹ ਲਓ ਜੀ ਟਾਈਮਿੰਗ ਹੋ ਗਈ ਅਤੇ ਟਾਈਮਿੰਗ ਟਾਈਮਿੰਗ ਟਾਪਾ ਉਹੀ
साफ करके रख लिया। तो आप टाइमिंग टापा चेंज नहीं करते, उही टाइमिंग टापा उही है सारा कुछ। तो आ टैबटा भी हो गई केम पाई सी, तो टैबटा जमा ओके करती हूँ। बस इन्हों जोड़ दें टाइमिंग। हाँ लो जी देख लो टापा फिट करी जाने, टाइमिंग कवर वगैरह सारा कुछ हो गया, टाइमिंग हो गई, बोर बार करके प्लेट सारा कुछ लग गया। हाँ टाइमिंग कवर फिट करता, बाकी सोनू फिट करके दिखाने। आ पेन इधर पई नहीं, थोड़ी हूँ पै गई। लो ये देख लो हूँ सोनू नट वगैरह ला के सारा कुछ दिखाने, फिटिंग देख लियो जमा ओके फिटिंग है भाई। हाँ देखो गाड़ी करो चेक भाई, बस इतने तक दबरे उही पुराना काम ही सारा। हूँ इदू गांह जो नवा काम आ, हूँ वीडियो डिटेल दे दिखाने सोनी। लो वीरे हूँ आप चूल्हा फिट करते हैं, तो अगे तुम देखा गया टाइमिंग वगैरह सारा कुछ आप फिट कर लेना। दूजा चूल्हा यदा हिस्सा ला के रखता, आवा चूल्हा फिट कर रहे हैं। तो बस इदा फिट करके जो बाकी ये नट होंगे ने वो ही आप पा के इनू फिट कर देना। इतों बाद वीरे हिस्सा फिट करके दिखाने। लो वीरे आप हिस्से को ग्रीस ग्रूस करी जाने, ग्रीस करके तो फिर फिट करते हैं। चंगी तरह ग्रीस कर दी है, अंदर वगैरह सारे भर दी है ग्रीस। लो वीरे आप थोड़ा जहा फास्ट फॉरवर्ड के दिखावे वीडियो, ये वीरे कुछ नहीं गा तुम देखा ग्रीस वगैरह करके। तो उदू बाद बस इनू आप हिस्से सही तरीके फड़ के जोड़े जैक के पास रखने, वो अंदर इंजन वाले पासे करके साफ पासा बहर न करके, तो सेंटर पेन वीरे वो दी नंघा देनी है। तो अगले बन्ने दो 13 नंबर के बोल्ट होंगे उन्होंने कस देना गा, जिमें आज हम देख रही हो कि सट ला के सेंटर पेन अंदर करती, तो अंदर ओके कर देना, बस इन्ना ही काम आ वीरे। लो वीरे आह चूल्हा तो आता हो गया सीगा सैट ओके आ सारा कुछ। हूँ आप भाई ये आह साइड वाले स्पेंडल पाने बिच वॉश वूश लग गया ओके हो गए। लो तो आ स्पेंडल हूँ वीरे आप पाने तो दिखाने, ये कुछ नहीं करना होंगे भाई, सौखा ही आ काम। तो ये बस थले अपना आह थ्रस बैरंगा जमें आ गा वीरे थ्रस बैरंगा, ये सारों पहना थले थ्रस बैरंग पा के इदा दे बच्चे दोने उपर ते थले सील पा देनी आ, सील पा के ग्रीस करके ते नू बिच पाउना, बिच पा के ते उत्तले बन्ने आदियाँ आर्मा लग जाएगियाँ आ कौलियाँ ला के। तो बाकी वीरे थोनू करके दिखाने माड़ा जहा कर लीए फिर दिखाने भाई थोनू। आ लो वीरे हिस्सा भी फिट करता, तो स्पेंडल आप दोने पासे वाले फिट करते, आ देख लो इधरला भी ओके करता ग्रीस ग्रूस मार के जमा ओके आ। तो दूजे पासे वाला भी भाई फिट करता, हुण इहदे च आप टायर पाउणा गा। आ देख लो बिलकुल भाई सैट आ, बाकी हुण इहदे थले उत्थे वीरे जैक ला के तो इदू बाद जैक लावे, जैक लाने तो बाद लो वीरे आ स्पेंडल आप तैयार करते, तो दोहे पासे टायर भी आप फिट करते आ सारा कुछ ओके कर लिया। लो तो हूँ वीरे आप जैक थले फिट करते हैं, आ लो आ जैक आ तो एंडे दे फिट करते हैं, इतने कोई ज़्यादा नहीं है यदा, बस यदा नॉर्मल आ जमे हा नट आ इन्हों आ थां ते। आ देखो आ थां ते ते उधर पैर बने हुए आ, बस इन्हां पैरां ते रख के इन्हां फिट कर देना गा ते नट कस देने आ। इहदे च कोई लैनमेंट का कोई कुछ नहीं हैगा, इहदे च पहिलां तों ही सब कुछ तैयार हुंदा गा बनिया होया गा। ते आपां आह एंडा दे विच पा के ते मुड़ के लैनमेंट करके इहनूं ओके कर देना, बस इत्थे इन्ना ही काम हुंदा गा। जिहड़ा जैक दूजा लाईदा पैर बना के जिवें उसे हिस्से ते करना, उहदे लई फिर थोड़ा बहुत टाइम लग जांदा गा, इहदे ते आपां बस फिट करके दिखाने सोनू। आ लो वीरे कर लैन दो सानू फिट, हुण फिर सानू वीडियो दिखाने अगे फिट करके।
कोई ज़्यादा नहीं हैगा गा, नहीं तो फिट कर देती वीडियो बना दें, थोड़ा जहा हूँ इनू एक दूजे पासों फड़ के लैन लून मैंट सारा कुछ करते हैं तो दिखाने भीरे। ओके जी एंड उंड करते आप रेडी करो चेक जमा ओके करते हैं इधरले पासों भी देख लो लो जी जमा ओके आ दोनों पासों फिटिंग ओके हो गई उतरले कवर वगैरह ला के आ सारा तारा तूरां दा चंचमेजा सारा खत्म करके उपर लिया फ्रंट ओके करके ते स्टार्ट करके भाई सोनू दिखाने किदां दा लगी इहदी सैटिंग ते किदां दा पावर होया ते दस्यो भाई किन्ना करेला गा की हिसाब किताब है ते फिर फोर्ड दी लुक देखियो इत्थे किन्नी घेंट लगदी है भाई मूरों भी भाई ट्रैक्टर उच्चा हो जांदा सोहना लगता बाकी भाई पिछले इहदे 14 दे टायर पाए हुए ने हाए ते ट्रैक्टर भाई बड़ा सारा लगता गा वधिया लगता सोहना लगता दस्यो भाई किवें लग गया लो वीरे करो चेक हो गया ट्रैक्टर ओके आ स्टार्ट ते फोरो फोड़ दा जिवें कहिंदे हुंदे आ फराटा भाई करो चेक फोड़ दा फराटा दे नाले भाई फोड़ किवें आ दस्यो भाई पावर स्टेयरिंग हो गया डन आ लो सारा एक बारी थोनू चेक करा दिंदे आ ओवरऑल वैसे तो चेक कराया ही आ बार बार उही चंगा जिहा नहीं लगता फिर भी एक बारी फाइनल कर लो ते ट्रैक्टर स्टार्ट आ लो भाई आ लो भाई कुछ भी नहीं भोरा भी नहीं पता लगती चीज़ के बारे तो लो वीरे मोड़ के दिखाने थोनू हुण ते आ लो भाई चेक करियो हुण मोड़दे आ आ लो भाई चेक करो पहिना फुल कटाई आ लो भाई देखो भाई कटाई आ लो इधर भी ते इधर भी करो चेक कटाई दूजे पासे नूं भाई लो भाई दूजे पासे नूं भी चेक करो लो वीरे करो चेक कटाई ओके आ भाई लो वीरे लो भाई चेक करो दूजे पासे करी आ देख लो वीरे किवें लगी कटाई दस्यो ते लुक किवें लगी भाई फ्रंट लुक देखियो लो भाई करो चेक किवें लगी लुक दस्यो सानू